ਉੱਤਰੀ ਰੇਲਵੇ ਵੱਲੋਂ ਅੱਜ ਤੋਂ ਦਿੱਲੀ ਤੋਂ ਬਠਿੰਡਾ ਤੱਕ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ 12047 ਅਤੇ 12048 ਦੇ ਰੂਟ 'ਚ ਵਾਧਾ ਕੀਤਾ ਗਿਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਇਸ ਰੇਲ ਨੂੰ ਫਿਰੋਜ਼ਪੁਰ ਲਈ ਰਵਾਨਾ ਕੀਤਾ ਹੈ। ਪਹਿਲਾਂ ਇਹ ਸ਼ਤਾਬਦੀ ਰੇਲ ਬਠਿੰਡਾ ਤੱਕ ਹੀ ਜਾਂਦੀ ਸੀ, ਪਰ ਹੁਣ ਹਫ਼ਤੇ 'ਚ 2 ਦਿਨ ਸੋਮਵਾਰ ਅਤੇ ਸ਼ੁੱਕਰਵਾਰ ਫਿਰੋਜ਼ਪੁਰ ਵੀ ਜਾਇਆ ਕਰੇਗੀ। ਸ਼ਤਾਬਦੀ ਜਿਹੜੀ ਇਸ ਇਲਾਕੇ ਦੀ ਬਹੁਤ ਲੰਬੀ ਮੰਗ ਸੀ ਕਿ ਦਿੱਲੀ ਦੇ ਨਾਲ ਬਠਿੰਡੇ ਨੂੰ ਜੋੜਿਆ ਜਾਏ। ਪਿਛਲੇ ਕਈ ਸਾਲਾਂ ਤੋਂ ਮੇਰੇ ਤੋਂ ਪਹਿਲੇ ਬੀਬੀ ਗੁਲਸ਼ਨ ਵੀ ਇੱਥੋਂ ਨੁਮਾਇੰਦਗੀ ਕਰਦੇ ਰਹੇ ਨੇ। ਮੇਰਾ ਖਿਆਲ 10 ਸਾਲ ਤੋਂ ਸਾਡੀ ਮੰਗ ਸੀ, 5 ਸਾਲ ਮੈਂ ਮੰਗਦੀ ਰਹੀ, ਉਸ ਤੋਂ ਪਹਿਲੇ MP ਵੀ ਮੰਗਦੇ ਰਹੇ, ਲੇਕਿਨ ਕਾਂਗਰਸ ਦੇ ਟਾਈਮ 'ਚ ਜਿੱਥੇ ਕੋਈ ਸੁਣਵਾਈ ਨਹੀਂ ਹੋਈ, ਉੱਥੇ 2014 'ਚ ਜਦ ਸਾਡੀ ਸਰਕਾਰ ਬਣੀ, 6 ਮਹੀਨਿਆਂ ਦੇ ਅੰਦਰ ਇਹ ਸ਼ਤਾਬਦੀ ਅਸੀਂ ਇੱਥੇ ਸ਼ੁਰੂ ਕਰਤੀ। 1 ਸਾਲ ਬਾਅਦ ਜਦ ਲੋਕਾਂ ਤੋਂ ਗੱਲ ਆ ਪਤਾ ਲੱਗੀ ਕਿ ਸ਼ਤਾਬਦੀ ਦੇ ਟਾਈਮਿੰਗ ਅਤੇ ਦਿਨ ਵਿੱਚ ਬਦਲਾਵ ਦੀ ਲੋੜ ਹੈ, ਉਹ ਜਦ ਮੰਗ ਰੱਖੀ, ਅੱਜ ਮੈਨੂੰ ਮਾਣ ਹੈ ਕਿ ਜਿੱਥੇ ਲੋਕਾਂ ਦੇ ਮੰਗ ਦੇ ਹਿਸਾਬ ਦੇ ਨਾਲ ਅੱਜ ਦਿਨ ਅਤੇ ਸਮੇਂ ਵੀ ਬਦਲਾ ਗਿਆ ਹੈ। ਅਤੇ ਲੇਕਿਨ ਫਿਰੋਜ਼ਪੁਰ ਦੇ ਲੋਕਾਂ ਨੇ ਕਿਹਾ ਸੀ ਇਹ ਸ਼ਤਾਬਦੀ ਨੂੰ ਫਿਰੋਜ਼ਪੁਰ ਤਾਂ ਹੀ ਲਿਆ ਜਾਏ, ਅਤੇ ਇਹ ਸ਼ਤਾਬਦੀ ਨੂੰ ਦਿੱਲੀ ਬਠਿੰਡੇ ਤੋਂ ਲੈ ਕੇ ਫਿਰੋਜ਼ਪੁਰ ਤਾਂ ਐਕਸਟੈਂਡ ਕੀਤਾ ਗਿਆ, ਜਿਹਦੇ ਨਾਲ ਬਾਰਡਰ ਦੇ ਲੋਕਾਂ ਨੂੰ ਵੀ ਫਾਇਦਾ ਹੋਊਗਾ। ਬਠਿੰਡਾ ਤੋਂ ਜਾਟ TV ਨਿਊਜ਼ ਦੇ ਲਈ ਕੈਮਰਾਮੈਨ ਦੀਪੂ ਸ਼ਰਮਾ ਦੇ ਨਾਲ ਕੁਨਾਲ ਬਾਂਸਲ ਦੀ ਰਿਪੋਰਟ।